ਤੇ ਇਹਦਾ ਕੰਮ ਇੱਥੇ ਜਿਹੜਾ ਦੁਨੀਆ ਦਾ ਔਖਾ ਤਰੀਨ ਹੋ ਬਰੇ ਕਿਸੇ ਦਾ ਮੈਂ ਇੱਕ ਨੂੰ ਤਾਂ ਵਸੇ ਅਕਬਰ ਖਾਨ ਕੋ ਆਗੇ ਤੂੰ ਐਮ ਪੀ ਏ ਲੜ ਮੈਂ ਐਮ ਐਨ ਏ ਲੜ ਮੈਂ ਮਨਕੇਰੇ ਤੋਂ ਐਮ ਪੀ ਏ ਲੜੇ ਇਹ ਆਗੇ ਹੀ ਭਲਾ ਤੂੰ ਜਿੱਦਾਂ ਜਿੱਦਾਂ ਇਹ ਚਾਹ ਪੀਂਦੇ ਨਾ ਉਦੋਂ ਬਾਅਦ ਇਹਦਾ ਅਸਰ ਪਾਉਂਦਾ ਇਹਨਾਂ ਦੇ ਚਾਹ ਦਾ ਬਈ ਹਰ ਰਾਤ ਚੋਰੀ ਬੰਦਿਆਂ ਦੇ ਚੋਰੀ ਮੈਂ ਤਾਂ ਬਈ ਚਾਹ ਪੀ ਚਾਹ ਬਾਗੋ ਮਾਫ ਲਾਡੇ ਦੇ ਮਨ ਵਿੱਚ ਚਾਹ ਪੀਣੀ ਵੀ ਹੁੰਦੀ ਆ ਉਹਦੇ ਅੱਗਾਂ ਨਹੀਂ ਖਾਈ ਇੱਕ ਬੰਦਾ ਬੰਨਿਆ ਨਾ ਬਈ ਸੋ ਲੈਂਗੇ ਤੂੰ ਚਾਹ ਚਾਹ ਕਰ ਤੇ ਮੈਂ ਵੱਡੇ ਨੇ ਸੋ ਲੈਂਗੇ ਉਸ ਮੇਰੇ ਕੋਲ ਆਵੜਦੇ ਨੇ ਅਸਾਂ ਸੋ ਲੈਂ ਮਾਂ ਕਿਨੂੰ ਮੈਂ ਤਾਂ ਬਚਣਾ ਮਾਂ ਸੱਤਵੇਂ ਜਿਹੜੇ ਉਹ ਮੇਰੇ ਕੋਲ ਆ ਇਹ ਹੁਣ ਇੱਕ ਬੰਦਾ ਹੈ ਤੂੰ ਇਹਦੀ ਅੰਗੀ ਇਹਦੀ ਸੀਟ ਤੇ ਗੋੜੀ ਤੇ ਮੈਦਾਨ ਹੈ 45 ਸਾਲ ਮੈਂ ਚਿੱਤੇ ਨਹੀਂ ਖੇਲੇ ਇਲੈਕਸ਼ਨ ਤਾਂ ਆਵਾਂਡੇ ਐਮ ਪੀ ਐਮ ਕਿ ਮੈਂ ਇਹਦੀਆਂ ਫੀਤਰੀਆਂ ਨਾ ਫਵਾਈਆਂ ਰਸ਼ੀਦ ਅਕਬਰ ਖਾਨ ਕੋ ਲੋਕਾਂ ਦੇ ਦਿਲ ਚੋਂ ਕੱਢਣਾ ਖਾਲਾ ਜੀ ਦਾ ਘਰ ਨਹੀਂ ਖੂਨ ਲੱਗਦਾ ਪੰਜ ਮਿੰਟ ਰਾਂ ਨਹੀਂ ਚੜ੍ਹਾ ਗਿਆ ਮੈਂ ਕਿਹਾ ਮੈਂ ਇੱਕ ਮਿੰਟ ਹੀ ਮੁਕਾ ਕੁਦਰਤੀ ਸਾਹ ਹਰ ਬੰਦੇ ਦਾ ਮੱਥੇ ਦਾ ਮਨ ਬਣਾ ਇੱਕ ਫਿਰਾਕ ਸੌ ਨਾਲ ਵੱਟਾ ਕੋਈ ਨਹੀਂ ਰਹਿੰਦਾ ਇੱਕ ਬੰਦਾ ਸੌ ਜ਼ਬਾਨ ਨਾਲ ਸੌ ਇਹ ਅੱਲਾ ਦੀ ਜ਼ਾਤ ਤੇ ਮੇਰੀ ਜ਼ਾਤ ਤੇ ਬੜਾ ਵੱਡਾ ਕਰਮ ਹੈ ਪੂਰੇ ਸਾਰੇ ਕਾਰੀ ਕਿ ਰਸ਼ੀਦ ਅਕਬਰ ਖਾਨ ਇੱਕੋ ਜੋ ਪਿਆ ਨਹੀਂ ਜੰਮਾ ਇਨਾਂ ਕੋ ਡਰ ਹੀ ਮੈਂ ਕਿ ਹਰ ਜਨ ਸੇਜ ਮੈਂ ਕੋ ਆਦਨ ਇਹ ਹੈ ਬਿਨਾ ਮਜ਼ਾ ਦਾ ਨਹੀਂ ਨਾ ਚੇ ਬਸ ਦਿਨ ਮੇਰੇ ਤੇ ਮੈਂ ਕੋ ਮੁਹਾਲ ਬੰਦੇ ਅਦਰ ਕਹਿ ਦੇ ਤੇ ਜ਼ਿਆਦਾ ਟੁੱਕ ਮੈਂ ਕਹ ਜੇ ਕੋ ਡਰ ਕੀ ਤੂੰ ਹੁੰਦਾ ਉਹੀ ਦਾ ਨਾਂ ਚੜੀਂਦਾ ਬਿਜਲੀ ਦੇ ਤਾਰ ਲੜਕੀ ਖੜੀ ਉਹਦੇ ਤਾਂ ਹੱਟੇ ਹੱਟੇ ਬਿਜਲੀ ਦੀ ਤਾਰ ਮੈਂ ਨਾ ਵਾਦੇ ਬਿਜਲੀ ਇਹਨਾਂ ਵਾਦੇ ਮੈਂ ਨਿਨਾਵਾਂ ਇਹ ਨਿੱਕੀ ਮਹਿਫਲ ਮੇਰਾ ਖਾਨੇ ਕਾਬੇ ਨੂੰ ਇਹ ਬਹਿ ਕੇ ਆਦੇ ਰਸ਼ੀਦ ਅਕਬਰ ਖਾਨ ਨਿਕਲ ਵੰਜਾ ਤਾਂ ਅਸਾਂ ਇਹਨਾਂ ਕੋਲ ਹੱਥ ਹੀ ਨਾ ਬਸ ਮਾਰ ਸਕਾਰ ਸਕਾਰ ਮਾਰ ਇਹਨਾਂ ਦੀ ਮੈਂ ਹਾਲੇ ਜਾਨ ਨਾ ਚੁਣਦਾ ਕਿਵੇਂ ਨਾ ਚੁਣਦਾ ਇਹਦੇ ਵਜੇ ਧਮਾ ਕੇ ਤੂੰ ਮੈਂ ਬੱਚਾ ਤੇ ਮੈਂ ਪੱਖਰ ਸ਼ਹਿਰ ਕੋ ਨਹੀਂ ਛੱਡਣ ਸਿੱਧੇ ਪੈਰ ਤੂੰ ਚੱਪਦੇ ਬਿੱਠੇ ਮੈਂ ਪੱਖਰ ਕੋ ਛੱਡਦਾ ਨਹੀਂ ਡਿੱਠਾ ਤੇ ਨਨ ਕੀ ਪੈ ਮੈਂ ਤੂੰ ਦੋਸਤ ਆ ਗਿਆ ਤੇ ਤੂੰ ਸਿਆਸਤ ਛੋੜ ਧਮਾ ਕੇ ਤੂੰ ਬਾਅਦ ਜਿੱਥਾ ਸਰਤਾ ਵੀ ਬੰਨਾ ਦੀ ਰਾਜ ਮੇਰੀ ਆਪ ਲਖਮੀਆਂ ਫੈਰਿੰਗ ਦੇ ਸਾਹਮਣੇ ਥਈ ਉਹਦੀ ਸਾਥ ਦਾ ਕਰਮ ਕੀਤਾ ਜਿਹੜੀ ਗੋਲੀ ਮੇਰੇ ਸਿਰ ਚ ਲੱਗਣੀ ਹੈ ਉਹ ਗੱਡੀ ਦੇ ਵਿੱਚ ਖੜ ਗਈ ਅੱਗਾ ਆਈ ਨਹੀਂ ਮੈਂ ਗੁੱਡਾ ਸੋ ਮੈਂ ਘਰ ਬੈਠੇ ਹੀ ਤੂੰ ਬਾ ਇਹਦੇ ਤੂੰ ਬੰਦੂਆ ਤੂੰ ਬਾਅਦ ਮੈਂ ਘਰ ਬੈਠਾ ਕਿਆ ਮੈਂ ਕੋਈ ਸਿਕਿਉਰਿਟੀ ਬੱਚੇ ਸੀ ਨਹੀਂ ਉਹ ਬੱਚੇ ਸੀ ਜਿਹਦਾ ਮੈਂ ਕਿੰਨਾ ਚੀਜ਼ਾ ਤੂੰ ਨਾ ਡਰਾ ਪਹਿਲੇ ਤੂੰ ਮੈਂ ਕਹਿ ਮੈਂ ਜੇਲ੍ਹ ਵਿੱਚ ਨਾ ਡਰਾ ਮੈਂ ਜੇਲ੍ਹ ਵਿੱਚ ਨਾ ਡਰਾ ਮੈਂ ਕੋ ਤਾਂ ਮਜ਼ਾ ਆਉਂਦਾ ਜਿਹਦੇ ਦੇ ਭੇੜ ਹੋ ਮੈਂ ਤਾਂ ਖੁਸ਼ ਸੀ ਨਾ ਹੱਥੋ ਹੱਥੋ ਡਾਂਗ ਛੋਟੇ ਦੀ ਮੈਂ ਨਾ ਤਿਆਰ ਅਗਰ ਆਂਦੇ ਤਾਂ ਜੀ ਵਿੱਚ ਮਿਲ ਹਾਂ ਹਾਂ ਯਾਰ ਇਹਨਾਂ ਦਾ ਸਿਰ ਪੜੇ ਸਾ ਜਾਂ ਆਪਣਾ ਤਾਂ ਪੜੇ ਸਾ ਔਰ ਇਨਸ਼ਾਅੱਲਾ ਉਹਦੀ ਜ਼ਾਤ ਹਮੇਸ਼ਾ ਮੇਰੇ ਤੇ ਕਰਮ ਨਹੀਂ ਹੈ ਠੀਕ ਮਿਹਰਬਾਨੀ ਕੀਤੀ ਕਰੋ ਕਿ ਜਿਹੜਾ ਜਲਸੇ 'ਚ ਮੈਂ ਆਵਾਂ ਤਾਂ ਲਾਜ਼ਾ ਪਹਿਲੇ ਮੈਂ ਕਵਿਤਾ ਕਰੋ ਟਾਈਮ ਦੇ ਵਕਤ ਟਾਈਮ ਨਹੀਂ ਹੁੰਦਾ ਬਸ ਬੰਦਾ ਸ਼ਸ਼ੋ ਪਾਉਂਦੀ ਤਕਰੀਰ ਮੈਂ ਕਿਹੜੀ ਗੱਲ ਕਰਾਂ ਕਿਹੜੀ ਨਾ ਕਰਾਂ ਮੈਂ ਸ਼ਬਦ ਬਿਆਦ ਮਸ਼ਕੂਰ ਹਾਂ ਔਰ ਤੋੜ ਜਿਤਨੇ ਪਿੱਛਾ ਤੱਕ ਖੜੇ ਮੈਂ ਉਹਨਾਂ ਦਾ ਹੀ ਸ਼ੁਕਰੀਆ ਅਦਾ ਕਰਨਾ ਜਿਹੜੇ ਉੱਤੇ ਬੈਠੇ ਔਰ ਜਿਹੜੇ ਖੜ ਕੇ ਜਲਸਾ ਸੁਣਦੇ ਪਏ ਤਮਾਮ ਦੋਸਤਾਂ ਦਾ ਛੋਟਾ